ਗੁਰੂ ਅਰਜਨ ਦੇਵ ਜੀ ਦੀਆਂ ਕੁੱਲ ਵਾਰਾਂ ਸੀ ਜਿਹੜੀਆਂ ਉਹ 6 ਵਾਰਾਂ ਹਨ। ਤਾਂ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ, ਸਭ ਤੋਂ ਵੱਧ ਸ਼ਬਦ ਕਿਸ ਗੁਰੂ ਸਾਹਿਬਾਨ ਨੇ ਰਚੇ ਹਨ? ਤਾਂ ਸਭ ਤੋਂ ਵੱਧ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਰਚੇ ਹਨ, 2216 ਸ਼ਬਦ। ਤਾਂ ਗੁਰੂ ਜੀ ਦੇ 116 ਸਲੋਕ, 116 ਸਲੋਕ ਦਰਜ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਤਾਂ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਕਦੋਂ ਸਮਾਏ? ਗੁਰੂ ਅਰਜਨ ਦੇਵ ਜੀ ਜੋਤੀ ਜੋਤ ਕਦੋਂ ਸਮਾਏ ਸੀ? ਤਾਂ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾਏ ਸੀ 30 ਮਈ 1606 ਈਸਵੀ ਨੂੰ ਲਾਹੌਰ ਵਿਖੇ। 30 ਮਈ 1606 ਈਸਵੀ ਨੂੰ ਲਾਹੌਰ ਵਿਖੇ, ਲਾਹੌਰ ਵਿਖੇ, ਲਾਹੌਰ ਵਿਖੇ 30 ਮਈ 1606 ਈਸਵੀ ਨੂੰ ਲਾਹੌਰ ਵਿਖੇ ਜੋਤੀ ਜੋਤ ਸਮਾਏ ਸੀ ਗੁਰੂ ਅਰਜਨ ਦੇਵ ਜੀ। ਤਾਂ ਗੁਰੂ ਅਰਜਨ ਦੇਵ ਜੀ ਦੀਆਂ ਪ੍ਰਮੁੱਖ ਬਾਣੀਆਂ ਜਿਹੜੀਆਂ, ਉਹ ਪ੍ਰਮੁੱਖ ਬਾਣੀਆਂ ਕਿਹੜੀਆਂ ਕਿਹੜੀਆਂ ਹਨ, ਉਸ ਦੇ ਬਾਰੇ 'ਚ ਆਪਾਂ ਵਿਚਾਰ ਕਰਦੇ ਹਾਂ। ਤਾਂ ਮੈਂ ਵਾਰੀ ਵਾਰੀ ਸਾਰੇ ਹੀ ਬੱਚਿਆਂ ਨੂੰ, ਸਾਰੇ ਹੀ ਸਟੂਡੈਂਟਸ ਨੂੰ ਇਹ ਹੰਬਲੀ ਰਿਕੁਐਸਟ ਕਰ ਰਿਹਾ ਕਿ ਕਿਰਪਾ ਕਰਕੇ ਸਾਰੇ ਜਣੇ ਆਪੋ ਆਪਣੇ ਨੋਟਸ ਪ੍ਰਪੇਅਰ ਕਰੋ, ਸਾਰੀ ਜਾਣਕਾਰੀ ਨੂੰ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰਦੇ ਜਾਓ। ਤਾਂ ਪ੍ਰਮੁੱਖ ਬਾਣੀਆਂ ਕਿਹੜੀਆਂ ਕਿਹੜੀਆਂ? ਸੁਖਮਣੀ ਸਾਹਿਬ ਪ੍ਰਮੁੱਖ ਬਾਣੀਆਂ ਕਿਹੜੀਆਂ ਕਿਹੜੀਆਂ ਹਨ? ਸੁਖਮਣੀ ਸਾਹਿਬ, ਸੁਖਮਣੀ ਸਾਹਿਬ, 12ਵਾਂ ਬਾਵਨ ਅੱਖਰੀ ਵਾਰਾਂ ਪ੍ਰਮੁੱਖ ਬਾਣੀਆਂ ਹਨ, ਸੁਖਮਣੀ ਸਾਹਿਬ, 12ਵਾਂ 52 ਅੱਖਰੀ। ਸੁਖਮਣੀ ਸਾਹਿਬ ਦੇ ਬਾਰੇ 'ਚ ਆਪਾਂ ਗੱਲ ਕਰਦੇ ਹਾਂ, ਸੁਖਮਣੀ ਦਾ ਅਰਥ ਕੀ ਹੁੰਦਾ? ਸੁਖਮਣੀ ਦਾ ਅਰਥ ਹੁੰਦਾ ਹੈ ਮਨ ਨੂੰ ਸੁੱਖ ਦੇਣ ਵਾਲੀ ਬਾਣੀ, ਜਿਹਦੇ ਵਿੱਚ ਦੱਸਿਆ ਹੁੰਦਾ ਕਿ ਮਨ ਨੂੰ ਸੁੱਖ ਸਿਰਫ ਨਾਮ ਜਪ ਕੇ ਹੀ ਮਿਲ ਸਕਦਾ। ਇਹ ਬਾਣੀ ਗੌੜੀ ਰਾਗ ਵਿੱਚ ਦਿੱਤੀ ਹੋਈ ਹੈ। ਕਿਹੜੇ ਰਾਗ ਵਿੱਚ ਦਿੱਤੀ ਹੋਈ ਹੈ ਇਹ ਬਾਣੀ? ਗੌੜੀ ਰਾਗ ਵਿੱਚ, ਗੌੜੀ ਰਾਗ। ਸੁਖਮਣੀ ਸਾਹਿਬ ਗੌੜੀ ਰਾਗ ਵਿੱਚ ਇਹ ਬਾਣੀ ਦਿੱਤੀ ਹੋਈ ਹੈ। ਇਸ ਦੀਆਂ ਕੁੱਲ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸਲੋਕ ਅੰਕਿਤ ਹੈ। ਅਸ਼ਟਪਦੀਆਂ ਕਿੰਨੀਆਂ ਹਨ ਦੇਖੋ, ਇਸੇ ਵਿੱਚੋਂ ਹੀ ਕੁਐਸਚਨ ਬਣਨਾ ਤੁਹਾਨੂੰ। ਸਭ ਤੋਂ ਮਹੱਤਵਪੂਰਨ ਕੁਐਸਚਨ ਇਹਦੇ ਵਿੱਚੋਂ ਹੀ ਬਣਨਾ, ਸੁਖਮਣੀ ਸਾਹਿਬ ਕਿਹੜੇ ਰਾਗ ਵਿੱਚ ਹੈ? ਗੌੜੀ ਰਾਗ ਵਿੱਚ ਹੈ। ਔਰ ਇਸ ਦੀਆਂ ਕੁੱਲ ਕਿੰਨੀਆਂ ਅਸ਼ਟਪਦੀਆਂ ਹਨ? ਅਸ਼ਟਪਦੀਆਂ ਹਨ ਇਸ ਦੀਆਂ 24। ਕਿੰਨੀਆਂ ਅਸ਼ਟਪਦੀਆਂ? ਅਸ਼ਟਪਦੀਆਂ 24 ਹਨ, 24।
ਕੁੱਲ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸਲੋਕ ਅੰਕਿਤ ਹੈ। ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸਲੋਕ ਅੰਕਿਤ ਹੈ ਔਰ ਹਰ ਅਸ਼ਟਪਦੀ ਵਿੱਚ 8 ਪੌੜੀਆਂ। ਹਰ ਅਸ਼ਟਪਦੀ ਵਿੱਚ 8 ਪੌੜੀਆਂ, 8 ਪੌੜੀਆਂ। ਦੇਖੋ ਮੈਂ ਰਿਪੀਟ ਕਰਦਾ, ਮੈਂ ਇਸ 'ਤੇ ਤਾਂ ਕਰਕੇ ਤੁਹਾਨੂੰ ਵਾਰੀ ਵਾਰੀ ਰਿਪੀਟ ਕਰਾ ਰਿਹਾ ਕਿਉਂਕਿ ਕੁਐਸਚਨ ਹੀ ਇਸ ਦੇ ਵਿੱਚੋਂ ਬਣਨਾ। ਸੁਖਮਨੀ ਸਾਹਿਬ ਕਿਹੜੇ ਰਾਗ ਵਿੱਚ ਹੈ? ਗੌੜੀ ਰਾਗ ਵਿੱਚ। ਔਰ ਕਿੰਨੀਆਂ ਇਸਦੀਆਂ ਅਸ਼ਟਪਦੀਆਂ ਹਨ? 24। ਅਤੇ ਪੌੜੀਆਂ ਕਿੰਨੀਆਂ ਹਨ? 8। ਅਤੇ ਹਰ ਅਸ਼ਟਪਦੀ ਸਲੋਕ ਦੇ ਨਾਲ ਆਰੰਭ ਹੁੰਦੀ ਹੈ। ਹਰ ਪੌੜੀ ਵਿੱਚ 10 ਤੁਕਾਂ ਹਨ। ਹਰ ਪੌੜੀ ਦੇ ਵਿੱਚ ਕਿੰਨੀਆਂ ਤੁਕਾਂ ਹਨ? 10। 10 ਤੁਕਾਂ ਹਨ ਹਰ ਪੌੜੀ ਦੇ ਵਿੱਚ। ਤਾਂ ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ ਵਿੱਚੋਂ ਸਭ ਤੋਂ ਲੰਮੀ ਬਾਣੀ ਹੈ। 1977 ਤੁਕਾਂ ਹਨ ਇਸਦੀਆਂ। ਕਿੰਨੀਆਂ ਤੁਕਾਂ ਹਨ? 1977 ਤੁਕਾਂ ਹਨ। ਸਾਰਿਆਂ ਤੋਂ ਲੰਬੀ ਬਾਣੀ ਹੈ ਗੁਰੂ ਜੀ ਦੀ। ਕਿੰਨੀਆਂ ਤੁਕਾਂ ਹਨ? 1977 ਤੁਕਾਂ ਹਨ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 262 ਤੋਂ ਲੈ ਕੇ 296 ਤੱਕ ਸੁਖਮਨੀ ਸਾਹਿਬ ਦਰਜ ਹੈ। 262 ਤੋਂ ਲੈ ਕੇ 296 ਤੱਕ, 296 ਤੱਕ ਇਹ ਪੰਨਾ ਨੰਬਰ ਹੈ। ਇਸ ਦੇ ਉੱਪਰ ਸੁਖਮਨੀ ਸਾਹਿਬ ਦਰਜ ਹੈ। ਔਰ ਬਾਰਾਂਵਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਬਾਰਾਂਵਾਂ 12 ਮਹੀਨਿਆਂ ਦੇ ਸੰਦਰਭ ਵਿੱਚ ਲਿਖੀ ਲੋਕ ਕਾਵ ਰਚਨਾ ਹੈ। ਇਸ ਰਚਨਾ ਦਾ ਜਿਹੜਾ ਮੁੱਖ ਧੁਰਾ ਹੁੰਦਾ ਉਹ ਹੁੰਦੀ ਹੈ ਪ੍ਰਕਿਰਤੀ। ਤਾਂ ਗੁਰੂ ਜੀ ਦਾ 12ਵਾਂ ਜਿਹੜਾ ਉਹ ਰਾਗ ਮਾਝ ਵਿੱਚ ਹੈ, ਰਾਗ ਮਾਝ ਦੇ ਵਿੱਚ ਹੈ। 12ਵਾਂ ਰਾਗ ਮਾਝ, ਮਾਝ ਰਾਗ ਦੇ ਵਿੱਚ 12ਵਾਂ ਜਿਹੜਾ ਉਹ ਗੁਰੂ ਜੀ ਨੇ ਲਿਖਿਆ। 52 ਇਹ ਬਾਣੀ ਦੇਵਨਗਰੀ ਲਿਪੀ ਦੀ ਵਰਨਮਾਲਾ ਦੇ ਅੱਖਰਾਂ ਦੇ ਆਧਾਰ 'ਤੇ ਹੈ। ਦੇਵਨਗਰੀ ਲਿਪੀ ਦੀ ਵਰਨਮਾਲਾ ਦੇ ਅੱਖਰਾਂ ਦੇ ਆਧਾਰ 'ਤੇ ਹੈ ਅਤੇ ਆਦਿ ਗ੍ਰੰਥ ਦੇ ਗੌੜੀ ਰਾਗ ਵਿੱਚ ਅੰਕਿਤ ਹੈ। ਆਪਾਂ 52 ਦੇ ਬਾਰੇ 'ਚ ਸਾਰੀ ਜਾਣਕਾਰੀ ਇਸ 'ਤੇ ਮੈਂ